ਹਾਂਜੀ ਦੋਸਤੋ, ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਹੀ ਮਾਤਾ ਚਰਨ ਕੌਰ ਨੇ ਛੋਟੇ ਸਿੱਧੂ ਨੂੰ ਜਨਮ ਦਿੱਤਾ ਹੈ। ਕਾਫੀ ਲੰਮੇ ਸਮੇਂ ਬਾਅਦ ਸਿੱਧੂ ਦੇ ਪਰਿਵਾਰ ਵਿੱਚ ਖੁਸ਼ੀਆਂ ਨੇ ਫੇਰਾ ਪਾਇਆ ਹੈ। ਬਾਪੂ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੀ ਬਹੁਤ ਜ਼ਿਆਦਾ ਖੁਸ਼ ਨੇ। 2 ਦਿਨ ਪਹਿਲਾਂ ਹੀ ਮਾਤਾ ਚਰਨ ਕੌਰ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਹੈ ਅਤੇ ਜਿਸ ਤੋਂ ਬਾਅਦ ਛੋਟੇ ਸਿੱਧੂ ਅਤੇ ਮਾਤਾ ਚਰਨ ਕੌਰ ਨੂੰ ਹਵੇਲੀ ਲਿਆਂਦਾ ਗਿਆ ਹੈ। ਜਿਸ ਤੋਂ ਬਾਅਦ ਹੁਣ ਅਫਸਾਨਾ ਖਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਛੋਟੇ ਸਿੱਧੂ ਵਾਸਤੇ ਲੱਖਾਂ ਰੁਪਏ ਦੇ ਕੀਮਤੀ ਮਹਿੰਗੀ ਗਿਫਟ ਲੈ ਕੇ ਹਵੇਲੀ ਪਹੁੰਚੀ ਸੀ। ਪਰ ਅਫਸਾਨਾ ਖਾਨ ਨੂੰ ਲੈ ਕੇ ਬਾਪੂ ਬਲਕੌਰ ਸਿੰਘ ਕਾਫੀ ਜ਼ਿਆਦਾ ਗੁੱਸੇ ਵਿੱਚ ਨਜ਼ਰ ਆਏ ਹਨ, ਕਿਉਂਕਿ ਅਫਸਾਨਾ ਖਾਨ ਸਿੱਧੂ ਨੂੰ ਆਪਣਾ ਭਰਾ ਮੰਨਦੀ ਸੀ। ਪਰ ਸਿੱਧੂ ਦੇ ਜਸਟਿਸ ਲਈ ਇੱਕ ਵਾਰ ਵੀ ਅਫਸਾਨਾ ਖਾਨ ਨੇ ਬਿਆਨ ਨਹੀਂ ਦਿੱਤਾ। ਅਫਸਾਨਾ ਖਾਨ ਨੇ ਸਿੱਧੂ ਦੇ ਜਸਟਿਸ ਲਈ ਇੱਕ ਵਾਰ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਤੱਕ ਨਹੀਂ ਪਾਈ, ਇੱਥੋਂ ਤੱਕ ਕਿ ਬਾਪੂ ਬਲਕੌਰ ਸਿੰਘ ਦਾ ਮਾੜੇ ਸਮੇਂ ਵਿੱਚ ਵੀ ਬਿਲਕੁਲ ਸਾਥ ਨਹੀਂ ਦਿੱਤਾ। ਅਤੇ ਹੁਣ ਜਦੋਂ ਛੋਟਾ ਸਿੱਧੂ ਵਾਪਸ ਇਸ ਦੁਨੀਆ ਵਿੱਚ ਆਇਆ ਹੈ ਤਾਂ ਫੇਮ ਲੈਣ ਦੇ ਚੱਕਰ ਵਿੱਚ ਅਫਸਾਨਾ ਖਾਨ ਇੱਕ ਵਾਰ ਫਿਰ ਤੋਂ ਹਵੇਲੀ ਵਿੱਚ ਪਹੁੰਚੀ ਹੈ। ਅਤੇ ਬਾਕੀ ਦੋਸਤੋ, ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ, ਥੱਲੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਨੇ ਜਿਹੜੇ ਉਹ ਜ਼ਰੂਰ